ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਜੀ ਆਇਆਂ ਨੂੰ ਜੀ, ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਦੋਸਤੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ। ਦੋਸਤੋ ਸ਼ੁਰੂਆਤ ਕਰਦੇ ਹਾਂ ਸੁਖਦੇਵ ਸਿੰਘ ਢੀਂਡਸਾ ਵੀ ਅਕਾਲੀ ਦਲ ਦੇ ਵਿੱਚੋਂ ਬਰਖਾਸਤ ਡੇਰਾ ਪ੍ਰੇਮੀ ਦੀ ਵਕਾਲਤ ਕਰਨ ਅਤੇ ਬਾਗੀਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢੇ ਗਏ 8 ਆਗੂਆਂ ਦੀ ਬਰਖਾਸਤਗੀ ਖਾਰਜ ਕਰਨ ਵਾਲੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਬਰਖਾਸਤ ਕਰ ਦਿੱਤਾ। ਢੀਂਡਸਾ 'ਤੇ ਦੋਸ਼ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁੱਖ ਮੁਲਜ਼ਮ ਪ੍ਰਦੀਪ ਕਲੇਰ ਦੀ ਵਕਾਲਤ ਕਰ ਰਹੇ ਹਨ ਅਤੇ ਪਾਰਟੀ ਦੇ ਵਿੱਚੋਂ ਕੱਢੇ ਗਏ ਬਾਗੀ ਨੇਤਾਵਾਂ ਦਾ ਪੱਖ ਲੈ ਰਹੇ ਹਨ। ਅਨੁਸ਼ਾਸਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਪੂੰਦੜ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਪਾਰਟੀ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਢੀਂਡਸਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਪੁੱਤਰ ਲਈ ਅਕਾਲੀ ਦਲ ਦਾ ਵੱਡਾ ਨੁਕਸਾਨ ਕਰਨ ਦਾ ਦੋਸ਼ ਲਾਇਆ। ਭੂੰਦੜ ਨੇ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਸੁਖਦੇਵ ਢੀਂਡਸਾ ਨੂੰ ਪਾਰਟੀ ਵਿੱਚੋਂ ਇਸ ਲਈ ਬਰਖਾਸਤ ਕੀਤਾ ਗਿਆ ਹੈ। ਭੂੰਦੜ ਨੇ ਕਿਹਾ ਕਿ ਢੀਂਡਸਾ ਲੋਕਾਂ ਨੂੰ ਗੁੰਮਰਾਹ ਨਾ ਕਰ ਸਕਣ, ਇਸ ਲਈ ਪਾਰਟੀ ਨੂੰ ਇਹ ਕੌੜਾ ਘੁੱਟ ਭਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਸੁਖਦੇਵ ਢੀਂਡਸਾ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਇਹਨਾਂ ਚੀਜ਼ਾਂ 'ਤੇ ਨਹੀਂ ਲੱਗੇਗਾ ਆਧਾਰ ਕਾਰਡ, ਨਵੇਂ ਨਿਯਮ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੀ। ਸਕੂਲ ਕਾਲਜ ਵਿੱਚ ਦਾਖਲਾ ਲੈਣ ਤੋਂ ਲੈ ਕੇ ਸਰਕਾਰੀ ਸਕੀਮਾਂ ਵਿੱਚ ਲਾਭ ਲੈਣ ਲਈ ਕਈ ਕੰਮਾਂ ਲਈ ਆਧਾਰ ਵਰਤਿਆ ਜਾਂਦਾ, ਪਰ ਹੁਣ ਕਈ ਅਜਿਹੇ ਕੰਮ ਨੇ ਜਿਨ੍ਹਾਂ ਵਿੱਚ ਆਧਾਰ ਦੀ ਵਰਤੋਂ ਨਹੀਂ ਹੋਵੇਗੀ। ਜੇਕਰ ਤੁਸੀਂ ਪਾਸਪੋਰਟ ਬਣਵਾ ਰਹੇ ਹੋ ਤਾਂ ਤੁਹਾਨੂੰ ਐਡਰੈਸ ਪਰੂਫ ਜਮ੍ਹਾਂ ਕਰਨਾ ਹੋਵੇਗਾ, ਪਰ ਤੁਸੀਂ ਇਸ ਵਿੱਚ ਆਧਾਰ ਕਾਰਡ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਆਧਾਰ ਕਾਰਡ ਕਦੋਂ ਜਾਰੀ ਕੀਤਾ ਗਿਆ ਸੰਬੰਧੀ ਕੋਈ ਜਾਣਕਾਰੀ ਆਧਾਰ ਕਾਰਡ 'ਤੇ ਦਰਜ ਨਹੀਂ ਹੈ। ਅਜਿਹੀ ਸਥਿਤੀ ਵਿੱਚ ਇਹ ਪਤਾ ਨਹੀਂ ਲੱਗ ਸਕਦਾ ਕਿ ਕੋਈ ਵਿਅਕਤੀ ਪਿਛਲੇ ਇੱਕ ਸਾਲ ਤੋਂ ਉਸ ਪਤੇ 'ਤੇ ਰਹਿ ਰਿਹਾ ਜਾਂ ਪਿਛਲੇ ਕੁਝ ਮਹੀਨਿਆਂ ਤੋਂ। ITR ਫਾਰਮ ਭਰ ਰਹੇ ਹੋ, ਨਵਾਂ ਪੈਨ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਆਧਾਰ ਕਾਰਡ ਐਨਰੋਲਮੈਂਟ ID ਦੀ ਵਰਤੋਂ ਨਹੀਂ ਕਰ ਸਕਦੇ। ਬਰਸਾਤ ਦੇ ਮੌਸਮ ਵਿੱਚ ਖਾਂਸੀ ਜ਼ੁਕਾਮ ਤੋਂ ਹੋ ਪਰੇਸ਼ਾਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਖਾਓ, ਇਹ ਛੋਟੀ ਜਿਹੀ ਚੀਜ਼ ਤੁਰੰਤ ਮਿਲੇਗਾ ਆਰਾਮ। ਜਾਣਨ ਲਈ ਚੈਨਲ 'ਤੇ ਪਾਈ ਸ਼ੋਰਟ ਵੀਡੀਓ ਚੈੱਕ ਕਰ ਸਕਦੇ ਹੋ। ਚੇਲਾ ਨਿਕਲਿਆ ਸ਼ਿਕਾਰੀ, ਉਸਤਾਦ ਦੀ ਘਰਵਾਲੀ ਨਾਲ ਬਣਾਏ ਨਾਜਾਇਜ਼ ਸੰਬੰਧ, ਪਤਾ ਲੱਗਣ 'ਤੇ ਕੀਤਾ ਕਤਲ। ਮਾਨਸਾ ਦੀ ਰਹਿਣ ਵਾਲੀ ਇੱਕ ਵਿਆਹੁਤਾ ਨੂੰ ਉਸਦੇ ਪ੍ਰੇਮੀ ਨੇ ਅੰਮ੍ਰਿਤਸਰ ਤੋਂ ਇੱਕ ਹੋਟਲ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਸੁਖਚੈਨ ਸਿੰਘ ਦੀ ਵਜੋਂ ਹੋਈ ਹੈ। ਬਲਵਿੰਦਰ ਸਿੰਘ ਵਾਸੀ ਪਿੰਡ ਚਨੀਰ ਜ਼ਿਲ੍ਹਾ ਮਾਨਸਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਪਿੰਡ ਧੰਨ ਸਿੰਘ ਦਾ ਰਹਿਣ ਵਾਲਾ ਸੁਖਚੈਨ ਮੇਰੀ ਵਰਕਸ਼ਾਪ ਵਿੱਚ ਪਿਛਲੇ ਇੱਕ ਸਾਲ ਤੋਂ ਵੈਲਡਿੰਗ ਦਾ ਕੰਮ ਕਰ ਰਿਹਾ, ਜਿਸ ਕਾਰਨ ਉਸਨੇ ਸਾਡੇ ਪਰਿਵਾਰ ਵਿੱਚ ਵਿਸ਼ਵਾਸ ਬਣਾ ਲਿਆ ਅਤੇ ਘੁੱਲ ਮਿਲ ਗਿਆ। ਇਸ ਦਾ ਗਲਤ ਫਾਇਦਾ ਚੱਕਦਿਆਂ ਸੁਖਚੈਨ ਨੇ ਬਲਵਿੰਦਰ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਬਣਾਏ। ਜਦੋਂ ਬਲਵਿੰਦਰ ਨੂੰ ਇਸ ਬਾਰੇ ਪਤਾ ਲੱਗਾ, ਉਸਨੇ ਸੁਖਚੈਨ ਨੂੰ ਨੌਕਰੀ ਤੋਂ ਕੱਢ ਦਿੱਤਾ। ਸੁਖਚੈਨ ਨੇ ਬਲਵਿੰਦਰ ਦੀ ਪਤਨੀ ਨੂੰ ਧਮਕੀ ਦਿੱਤੀ, ਕਿਹਾ ਜੇਕਰ ਉਸਨੇ ਮੇਰੇ ਨਾਲ ਸੰਬੰਧ ਨਾ ਰੱਖੇ ਤਾਂ ਉਸਦੇ ਪੁੱਤਰ ਨੂੰ ਮਾਰ ਦੇਵੇਗਾ। ਇੱਕ ਹਫ਼ਤਾ ਪਹਿਲਾਂ ਬਲਵਿੰਦਰ ਦੀ ਪਤਨੀ ਇਹ ਕਹਿ ਕੇ
ਘਰੋਂ ਨਿਕਲੀ ਕਿ ਉਹ ਧਾਰਮਿਕ ਯਾਤਰਾ 'ਤੇ ਚੱਲੀ ਹੈ। 29 ਜੁਲਾਈ ਦੀ ਸਵੇਰੇ ਉਸ ਦੀ ਪਤਨੀ ਆਪਣੇ ਲੜਕੇ ਦੇ ਗੁਰਪ੍ਰੀਤ ਦੇ ਫੋਨ ਨੰਬਰ 'ਤੇ ਫੋਨ ਕੀਤਾ ਕਿ ਸੁਖਚੈਨ ਸਿੰਘ ਉਸ ਨੂੰ ਆਪਣੇ ਨਾਲ ਲੈ ਆਇਆ ਅਤੇ ਉਹ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੇ ਵਿੱਚ ਹੈ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। UK ਦਾ ਬਦਲਾ ਮੁੰਡੇ ਦੇ ਮਾਪਿਆਂ ਤੋਂ ਲੈਣ ਤੀਜੇ ਜ਼ਿਲ੍ਹੇ ਪਹੁੰਚੀ ਗੁੰਡਿਆਂ ਦੀ ਧਾੜ। ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਕੂਲਿਆਂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 6 ਗੱਡੀਆਂ ਦੇ ਕਾਫਲੇ ਸਮੇਤ ਮਾਰੂ ਹਥਿਆਰਾਂ ਨਾਲ ਲੈਸ 25 ਤੋਂ 30 ਦੇ ਕਰੀਬ ਹਮਲਾਵਰ ਇੱਥੋਂ ਦੇ ਇੱਕ ਕਿਸਾਨ ਜੋੜੇ ਦੇ ਘਰ ਹਮਲਾ ਕਰਨ ਲਈ ਪੁੱਜੇ। ਮੌਕੇ ਤੋਂ ਇਕੱਤਰ ਜਾਣਕਾਰੀ ਦੇ ਅਨੁਸਾਰ ਪਿੰਡ ਕੂਲੀਆ ਦਾ ਵਸਨੀਕ ਲਵਦੀਪ ਸਿੰਘ ਪੁੱਤਰ ਸਤਨਾਮ ਪਿਛਲੇ 5 ਸਾਲ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਅਤੇ ਉਸਦੀ ਤਰਨ ਤਾਰਨ ਦੇ ਇੱਕ ਨੌਜਵਾਨ ਨਾਲ ਇੰਗਲੈਂਡ ਤੋਂ ਹੀ ਨਿੱਜੀ ਰੰਜਿਸ਼ ਸ਼ੁਰੂ ਹੋ ਗਈ ਜਿਸ ਦਾ ਬਦਲਾ ਲੈਣ ਲਈ ਤਰਨ ਤਾਰਨ ਵਾਲਾ ਨੌਜਵਾਨ ਆਪਣੇ 30 ਸਾਥੀ ਧਾੜਵੀਆਂ ਦੇ ਸਮੇਤ ਪਿੰਡ ਕੂਲੀਆਂ ਵਿੱਚ ਆਣ ਪੂਜਾ ਅਤੇ ਇਸ ਸੰਬੰਧੀ ਡਰੇ ਹੋਏ ਕਿਸਾਨ ਸਤਨਾਮ ਸਿੰਘ ਪੁੱਤਰ ਮਹਿੰਗਾ ਸਿੰਘ ਅਤੇ ਉਸਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਵਡਾਲਾ ਦਾ ਇੱਕ ਨੌਜਵਾਨ ਉਹਨਾਂ ਦੇ ਇੰਗਲੈਂਡ ਰਹਿੰਦੇ ਪੁੱਤਰ ਕੋਲ ਰਹਿੰਦਾ ਸੀ ਜਿਸ ਦੀ ਨਾਵਿਆਹੁਤਾ ਪਤਨੀ ਨਾਲ ਅਣਬਣਾ ਹੋਣ ਕਾਰਨ ਉਸ ਆਪਣੀ ਪਤਨੀ ਨੂੰ ਇੰਗਲੈਂਡ ਛੱਡ ਕੇ 4 ਮਹੀਨਿਆਂ ਬਾਅਦ ਭਾਰਤ ਪਰਤ ਆਇਆ ਸੀ। ਉਸ ਦੀ ਪਤਨੀ ਲੰਬੇ ਸਮੇਂ ਤੋਂ ਇੰਗਲੈਂਡ ਰਹਿ ਰਹੀ ਹੈ ਅਤੇ ਉਸ ਨੌਜਵਾਨ ਵੱਲੋਂ ਉਸ ਦੇ ਪੁੱਤਰ 'ਤੇ ਸ਼ੱਕ ਕੀਤਾ ਜਾਂਦਾ ਕਿ ਉਸ ਦੀ ਪਤਨੀ ਸਾਡੇ ਪੁੱਤਰ ਦੇ ਸੰਪਰਕ ਵਿੱਚ ਹੈ। ਜਦੋਂ ਕਿ ਹੁਣ ਕੁਝ ਦਿਨ ਪਹਿਲਾਂ ਉਸ ਦੀ ਪਤਨੀ ਆਪਣੇ ਪੇਕੇ ਘਰ ਅੰਮ੍ਰਿਤਸਰ ਵਾਪਸ ਆ ਚੁੱਕੀ। ਉਕਤ ਨੌਜਵਾਨ ਵੱਲੋਂ ਸਾਡੇ ਪੁੱਤਰ ਨਾਲ ਉਸ ਦੀ ਪਤਨੀ ਦੇ ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਦੁਸ਼ਮਣੀ ਸ਼ੁਰੂ ਹੋ ਗਈ ਸੀ ਅਤੇ ਇਸ ਘਟਨਾ ਤੋਂ ਪਹਿਲਾਂ ਨੌਜਵਾਨ ਵੱਲੋਂ ਸਾਡੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਅੱਜ 6 ਗੱਡੀਆਂ ਵਿੱਚ 30 ਜਣੇ ਸਵਾਰ ਹੋ ਕੇ ਆ ਪਹੁੰਚੇ। ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਮਾਝੇ 'ਚ ਹੋਣ ਜਾ ਰਿਹਾ ਵੱਡਾ ਇਕੱਠ, ਸਾਰਿਆਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ, ਸਰਕਾਰ ਦੀ ਵਧੇਗੀ ਟੈਨਸ਼ਨ, ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਪੰਜਾਬ ਦੇ ਵਿੱਚ ਜ਼ੋਰਾਂ 'ਤੇ ਚੱਲ ਰਿਹਾ ਹੈ। ਬੀਤੇ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ NSA ਦੇ ਪਿੱਛੇ ਕੀ ਗਰਾਊਂਡ ਹੈ ਉਸ 'ਤੇ ਜਵਾਬ ਮੰਗਿਆ। ਹੁਣ ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਇਕੱਤਰਤਾ ਹੋਣ ਜਾਰੀ ਹੈ। ਇਸ ਦੀ ਜਾਣਕਾਰੀ MP ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਖਾਤੇ ਤੋਂ ਮਿਲੀ ਹੈ ਅਤੇ ਇਸ ਪੋਸਟਰ ਵਿੱਚ ਅੰਮ੍ਰਿਤਪਾਲ ਦੇ ਐਕਸ ਅਕਾਊਂਟ 'ਤੇ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਕਿ ਪੰਥ ਦੇ ਮੌਜੂਦਾ ਨਾਜ਼ੁਕ ਹਾਲਾਤਾਂ ਨੂੰ ਮੁੱਖ ਰੱਖਦਿਆਂ ਬੰਦੀ ਸਿੰਘਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਲਈ 19 ਅਗਸਤ 2024 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਪੰਥਕ ਇਕੱਤਰਤਾ ਦੇ ਵਿੱਚ ਜ਼ਰੂਰ ਪਹੁੰਚੋ। ਹਿਮਾਚਲ ਦੇ ਮਲਾਨਾ ਡੈਮ 'ਤੇ ਫਟਿਆ ਮੀਂਹ ਦੇ ਨਾਲ ਉੱਤਰੀ ਭਾਰਤ 'ਚੋਂ ਤਬਾਹੀ। ਵੱਡੀ ਅਪਡੇਟ ਆ ਜੀ, ਹਿਮਾਚਲ 'ਚੋਂ ਬੱਦਲ ਫਟਣ ਦੀਆਂ 2 ਘਟਨਾਵਾਂ, 3 ਵਿਅਕਤੀਆਂ ਦੀ ਮੌਤ, 40 ਦੇ ਕਰੀਬ ਲਾਪਤਾ ਦੱਸੇ ਜਾ ਰਹੇ ਨੇ ਭਾਰੀ ਮੀਂਹ ਦੇ ਕਾਰਨ। ਕਈ ਘਰ ਅਤੇ ਸੜਕਾਂ ਰੁੜ ਗਈਆਂ, 2 ਪਣ ਬਿਜਲੀ ਪ੍ਰੋਜੈਕਟਾਂ ਨੂੰ ਨੁਕਸਾਨ ਪੁੱਜਾ। ਸ਼ਿਮਲਾ ਦੀ ਰਾਮਪੁਰ ਸਬ ਡਿਵੀਜ਼ਨ ਵਿੱਚ ਬੱਦਲ ਫਟਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ, 28 ਲਾਪਤਾ ਨੇ। 2 ਵਿਅਕਤੀਆਂ ਨੂੰ ਮੌਕੇ 'ਤੇ ਬਚਾਇਆ ਗਿਆ। ਬੱਦਲ ਫਟਣ ਦੀ ਘਟਨਾ ਰਾਤ ਦੇ 1 ਵਜੇ ਦੀ ਹੈ। ਭਾਰੀ ਮੀਂਹ ਅਤੇ ਬੱਦਲ ਫਟਣ ਨਾਲ ਸੂਬੇ ਦੇ 4 ਪੁਲ ਅਤੇ ਫੁੱਟ ਬਿਰਜ ਰੁੜ ਗਏ। ਸੇਬ ਦੀ ਫਸਲ ਵੀ ਨੁਕਸਾਨੀ ਗਈ ਹੈ ਅਤੇ ਲਾਪਤਾ ਵਿਅਕਤੀਆਂ ਦਾ ਖੁਰਾ ਖੋਜ ਲਾਉਣ ਲਈ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ। ਹਿਮਾਚਲ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ, 52 ਲੋਕ ਲਾਪਤਾ ਨੇ, 2 ਦੀ ਮੌਤ ਹੋ ਗਈ ਹੈ। ਚੰਡੀਗੜ੍ਹ ਮਨਾਲੀ ਹਾਈਵੇ ਵੀ ਪਾਣੀ ਦੇ ਵਿੱਚ ਰੁੜ ਗਿਆ ਹੈ।
ਬਾਰਿਸ਼ ਤੋਂ ਬਾਅਦ ਨਦੀਆਂ ਨਾਲਿਆਂ 'ਚੋਂ ਪਾਣੀ ਭਰ ਗਿਆ। ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਦੇ 4 ਪੁਲ ਰੁੜ ਗਏ ਹਨ। ਬੀਤੀ ਰਾਤ ਸ਼ਿਮਲਾ, ਕੁੱਲੂ, ਮੰਡੀ, ਚੰਬਾ, ਰਾਮਪੁਰ ਵਿੱਚ ਬੱਦਲ ਫਟ ਗਏ। ਵੱਡੀ ਖਬਰ ਸ਼ਿਮਲਾ ਤੋਂ ਆ ਰਹੀ ਹੈ, ਜਿੱਥੇ ਬੱਦਲ ਫਟਣ ਦੇ ਨਾਲ ਸਮੇਜ ਖੱਡ ਵਿੱਚ ਹੜ੍ਹ, 2 ਲੋਕਾਂ ਦੀ ਮੌਤ ਹੋ ਗਈ ਹੈ। ਸੁਰੰਗ ਰਾਹੀਂ ਪਿਰਾਮਿਡ ਵਿੱਚ ਪਹੁੰਚਿਆ ਵਿਅਕਤੀ, ਅੰਦਰ ਦੀਆਂ ਚੀਜ਼ਾਂ ਦੇਖ ਕੇ ਅੱਡੀਆਂ ਰਹਿ ਗਈਆਂ ਅੱਖਾਂ। ਸੋ ਵੱਡੀ ਅਪਡੇਟ ਹੈ, ਮਿਸਰ ਦਾ ਨਾਮ ਸੁਣਦੇ ਹੋ ਤਾਂ ਤੁਹਾਡੇ ਦਿਮਾਗ ਵਿੱਚ ਪਿਰਾਮਿਡ ਜ਼ਰੂਰ ਆਉਂਦੇ ਨੇ। ਪਿਰਾਮਿਡ ਇੱਕ ਮਸ਼ਹੂਰ ਸੈਰ ਸਪਾਟਾ ਸਥਾਨ ਹੈ, ਸੈਂਕੜੇ ਲੋਕ ਇਸ ਨੂੰ ਦੇਖਣ ਦੇ ਲਈ ਆਉਂਦੇ ਹਨ। ਗੀਜ਼ਾ ਦੇ ਵਿੱਚ ਪਿਰਾਮਿਡ ਸਭ ਤੋਂ ਮਸ਼ਹੂਰ ਅਤੇ ਸਿਰਫ 5 ਕਿਲੋਮੀਟਰ ਦੀ ਦੂਰੀ 'ਤੇ ਕਾਇਰੋ ਹੈ। ਮਿਸਰ ਦੀ ਰਾਜਧਾਨੀ ਵਿੱਚ ਇੱਕ ਲਾਲ ਪਿਰਾਮਿਡ ਹੈ, ਜਿਸ ਨੂੰ ਵੇਖਣ ਦੇ ਲਈ ਸੁਰੰਗ ਦੇ ਰਾਹੀਂ ਇੱਕ ਵਿਅਕਤੀ ਇਸ ਦੇ ਵਿੱਚ ਦਾਖਲ ਹੋ ਗਿਆ। ਉਸਨੇ ਦੇਖਿਆ ਕਿ ਉਸਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਇਸ ਦੇ ਬਲਾਕ ਜੰਗਲ ਵਾਂਗ ਲਾਲ ਹੋ ਗਏ ਹਨ ਅਤੇ ਇਸ ਨੂੰ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਵਿੱਚ ਇੱਕ ਵੀਡੀਓ ਵੀ ਪਾਈ ਗਈ ਹੈ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਪਿੰਡ ਭਗਵਾਨਪੁਰ ਵਿੱਚ ਸੱਪ ਦੇ ਡੰਗਣ ਕਾਰਨ ਔਰਤ ਦੀ ਮੌਤ ਅਤੇ 7 ਵਾਰ ਮੌਤ ਨੂੰ ਚੱਕਮਾ ਦਿੱਤਾ। ਇਜ਼ਰਾਈਲ 'ਤੇ ਹਮਲੇ ਦਾ ਮਾਸਟਰਮਾਈਂਡ ਮਾਰਿਆ ਗਿਆ, ਜਾਣੋ ਕੌਣ ਸੀ? ਮੁਹੰਮਦ ਸ਼ੀਫ, ਇਜ਼ਰਾਈਲੀ ਸੁਰੱਖਿਆ ਬਲ ਦੇ ਹਮਾਸ ਦੇ ਫੌਜੀ ਵਿੰਗ ਕਮਾਂਡਰ ਮੁਹੰਮਦ ਏ ਦੀਫ ਦੀ ਪੁਸ਼ਟੀ ਮੌਤ ਦੀ ਪੁਸ਼ਟੀ ਕੀਤੀ ਆ। IDF ਨੇ ਕਿਹਾ ਕਿ ਮੁਹੰਮਦ ਸ਼ੀਫ ਪਿਛਲੇ ਮਹੀਨੇ ਦੱਖਣੀ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰਿਆ ਗਿਆ। ਇਜ਼ਰਾਈਲ ਦਾ ਦੋਸ਼ ਹੈ ਕਿ ਮੁਹੰਮਦ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦਾ ਮਾਸਟਰਮਾਈਂਡ ਸੀ, ਜਿਸ ਵਿੱਚ 1,195 ਲੋਕ ਮਾਰੇ ਗਏ ਸਨ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ। ਫੌਜ ਨੇ ਦਾਅਵਾ ਕੀਤਾ ਕਿ 13 ਜੁਲਾਈ ਗਾਜ਼ਾ ਦੇ ਖਾਸ ਯੂਨਿਸ ਖੇਤਰ ਦੇ ਵਿੱਚ ਇਜ਼ਰਾਈਲੀ ਹਮਲੇ ਦਾ ਨਿਸ਼ਾਨਾ ਹਮਾਸ ਦਾ ਫੌਜੀ ਕਮਾਂਡਰ ਮੁਹੰਮਦ ਸ਼ੀਫ ਸੀ, ਅਤੇ ਇਸ ਦੇ ਨਾਲ 1 ਅਗਸਤ ਨੂੰ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। 13 ਜੁਲਾਈ ਨੂੰ ਇੱਕ ਆਪਰੇਸ਼ਨ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 7 ਵਾਰ ਉਸਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਨੇ, ਪਰ ਹਰ ਵਾਰ ਉਹ ਮੌਤ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਰਾਹੁਲ ਅਤੇ ਅਖਿਲੇਸ਼ ਅਤੇ ਛਵੀ 'ਤੇ ਪੈਂਦੀ ਜਾ ਰਹੀ ਆ ਭਾਜਪਾ। ਲੱਖਾਂ ਰੁਪਏ ਦੇ ਘਪਲੇ 'ਚੋਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ 3 ਮੁਲਾਜ਼ਮ ਮੁਅੱਤਲ, ਇੱਕ ਬਰਖਾਸਤ ਫੋਨ ਰਾਹੀਂ ਅਖੰਡ ਪਾਠ ਬੁੱਕ ਕਰਕੇ ਸ਼ਰਧਾਲੂਆਂ ਨੂੰ ਭੇਜਦੇ ਸਨ। ਫਰਜ਼ੀ ਹੁਕਮਨਾਮੇ ਫੋਨ ਰਾਹੀਂ ਖੰਡ ਪਾਠ ਬੁੱਕ ਕਰਵਾਏ ਤਾਂ ਪਾਠ ਦੀ ਭੇਟਾ ਦੇਣ ਦੇ ਬਾਵਜੂਦ ਵੀ ਖੰਡ ਪਾਠ, ਹੁਕਮਨਾਮਾ ਅਤੇ ਅਰਦਾਸ ਆਦਿ ਫਰਜ਼ੀ ਨਿਕਲੇ ਤਾਂ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਲੱਗਣਾ ਅਤੇ ਭਾਵਨਾਵਾਂ ਦਾ ਖਿਲਵਾੜ ਹੋਣਾ ਸੁਭਾਵਿਕ ਹੈ। ਅਜਿਹਾ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਾਪਰਿਆ ਜਿੱਥੇ 4 ਮੁਲਾਜ਼ਮਾਂ ਨੂੰ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਸੀ ਕੋਟੇ 'ਚ ਵਾਲਮੀਕ ਅਤੇ ਮਜ਼ਹਬੀ ਸਿੱਖ ਆਦਿ ਦੇ ਹੱਕਦਾਰ। ਸੋ ਵੱਡੀ ਅਪਡੇਟ ਹੈ, ਔਰਤ ਨੇ ਲਿਫਟ ਲਈ ਬਲੈਰੋ ਰੋਕ ਕੇ ਲੁਟੇਰੇ ਗੱਡੀ ਸਮੇਤ 75,000 ਰੁਪਏ ਲੁੱਟ ਕੇ ਹੋਏ ਫਰਾਰ। ਔਰਤ ਵੱਲੋਂ ਲਿਫਟ ਮੰਗਣ 'ਤੇ ਚਾਲਕ ਨੇ ਬਲੈਰੋ ਗੱਡੀ ਰੋਕੀ ਤਾਂ ਲੁਟੇਰਿਆਂ ਨੇ ਗੱਡੀ, ਨਕਦੀ ਅਤੇ ਕੀਮਤੀ ਮੋਬਾਈਲ ਫੋਨ ਲੁੱਟ ਲਿਆ। ਥਾਣਾ ਸਿਟੀ ਵਿੱਚ ਦਰਜ ਮਾਮਲੇ 'ਚ ਜਾਂਚ ਅਧਿਕਾਰੀ ਬੱਸ ਸਟੈਂਡ ਚੌਂਕੀ ਇੰਚਾਰਜ ASI ਸਤਨਾਮ ਸਿੰਘ ਨੇ ਦੱਸਿਆ ਕਿ ਸਾਜਨਪੁਰ ਦੇ ਰਹਿਣ ਵਾਲੇ ਭੀਸ਼ਮ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਬਲੈਰੋ ਮੈਕਸੀ ਚਲਾਉਂਦਾ ਹੈ ਅਤੇ ਸਾਜਨਪੁਰ ਤੋਂ ਅੰਮ੍ਰਿਤਸਰ ਰੋਜ਼ ਸਬਜ਼ੀ ਲੈਣ ਜਾਂਦਾ ਹੈ ਅਤੇ 30 ਜੁਲਾਈ ਨੂੰ ਅੰਮ੍ਰਿਤਸਰ ਜਾ ਰਿਹਾ ਸੀ। 1 ਵਜੇ ਸਿੰਬਲ ਚੌਂਕ 'ਚੋਂ ਪਹੁੰਚਿਆ ਇੱਕ ਔਰਤ ਨੇ ਉਸਨੂੰ ਰੋਕਣ ਲਈ ਹੱਥ ਦਿੱਤਾ। ਉਸਨੇ ਲੋੜਵੰਦ ਸਮਝਦਿਆਂ ਆਪਣੀ ਗੱਡੀ ਰੋਕੀ। ਗੱਡੀ 'ਤੇ 3 ਅਣਪਛਾਤੇ ਵਿਅਕਤੀ ਸਾਹਮਣੇ
ਆ ਗਏ ਅਤੇ ਕੋਈ ਤਿੱਖੀ ਚੀਜ਼ ਵਿਖਾ ਵੱਖੀ ਦੇ ਵਿੱਚ ਚੋਬ ਦਿੱਤੀ ਅਤੇ ਗੱਡੀ ਤੋਂ ਥੱਲੇ ਉਤਾਰ ਲਿਆ ਅਤੇ ਗੱਡੀ ਲੈ ਕੇ ਸਬਜ਼ੀ ਲੈਣ ਲਈ 60,000 ਰੁਪਏ ਅਤੇ ਉਸਦੀ ਫੋਨ ਵਿੱਚੋਂ 15,000 ਰੁਪਏ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ, SC ST ਕੋਟੇ ਨੂੰ ਸਰਕਾਰੀ ਨੌਕਰੀਆਂ 'ਚੋਂ ਕਿੰਨੀ ਮਿਲਦੀ ਆ। ਰਿਜ਼ਰਵੇਸ਼ਨ ਕੋਟੇ ਨਾਲ ਜੁੜੀ ਜਾਣਕਾਰੀ ਤੁਹਾਡੇ ਨਾਲ ਚੈਨਲ 'ਤੇ ਸਾਂਝੀ ਕਰ ਦਿੱਤੀ ਗਈ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਡਾਲਰ ਦੀ ਵੱਧਦੀ ਕੀਮਤ ਬਣਦੀ ਜਾ ਰਹੀ ਆ ਮੁਸੀਬਤ। ਸੋ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਪੈਰਿਸ ਓਲੰਪਿਕ ਤੋਂ ਬਾਹਰ ਹੋਈ ਹੀ PV ਸਿੰਧੂ ਪ੍ਰੀ ਕੁਆਟਰ ਫਾਈਨਲ 'ਚ ਹਾਰ ਦੇ ਕਾਰਨ ਟੁੱਟਿਆ ਸੁਪਨਾ। 2 ਵਾਰ ਓਲੰਪਿਕ ਤਗਮਾ ਜੇਤੂ ਭਾਰਤ ਦੀ PV ਸਿੰਧੂ ਨੂੰ ਵੀਰਵਾਰ ਨੂੰ ਪੈਰਿਸ ਓਲੰਪਿਕ ਦੇ ਬੈਡਮਿੰਟਨ ਮਹਿਲਾ ਸਿੰਗਲ ਮੁਕਾਬਲੇ ਦੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਚੀਨ ਦੀ ਬਿੰਗ ਜਿਆਓ ਨੇ ਸਿੱਧੇ ਗੇਮ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੜਕ ਹਾਦਸਿਆਂ ਦੇ ਪੀੜਤਾਂ ਨੂੰ ਮਿਲੇਗਾ ਮੁਫਤ ਇਲਾਜ। ਪੰਜਾਬ ਅਤੇ ਆਸਾਮ 'ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ, ਸੋ ਵੱਡੀ ਅਪਡੇਟ ਹੈ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਲਿਖਤੀ ਜਵਾਬ 'ਚ ਕਿਹਾ ਹੈ ਕਿ ਯੋਗ ਪੀੜਤਾਂ ਨੂੰ 7 ਦਿਨਾਂ ਦੇ ਅੰਦਰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਅਧੀਨ ਸੂਚੀਬੱਧ ਹਸਪਤਾਲਾਂ 'ਚੋਂ ਦਾਖਲ ਕਰਵਾਇਆ ਜਾਵੇਗਾ। ਦੁਰਘਟਨਾ ਦੀ ਮਿਤੀ ਤੋਂ 1.5 ਲੱਖ ਰੁਪਏ ਤੱਕ ਦਾ ਵੱਧ ਤੋਂ ਵੱਧ ਸਿਹਤ ਲਾਭ ਪੈਕੇਜ ਦਿੱਤਾ ਜਾਂਦਾ। ਸੜਕ ਅਤੇ ਆਵਾਜਾਈ ਮੰਤਰਾਲੇ ਨੇ ਰਾਸ਼ਟਰੀ ਸਿਹਤ ਅਥਾਰਟੀ ਦੇ ਸਹਿਯੋਗ ਨਾਲ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਕੈਸ਼ਲੈਸ ਇਲਾਜ ਮੁਹੱਈਆ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ। 2 ਕਨਾਲਾਂ ਜ਼ਮੀਨ ਦੇ ਪਿੱਛੇ ਭਰਾ ਨੇ ਕੀਤਾ ਭਰਾ ਦਾ ਕਤਲ। ਖੇਤਾਂ 'ਚੋਂ ਕੰਮ ਕਰਦੇ ਨੂੰ ਸਾਥੀਆਂ ਨੇ ਨਾਲ ਰਲ ਕੇ ਮਰਨ ਤੱਕ ਕੁੱਟਿਆ, ਸੋ ਵੱਡੀ ਹੈ। ਪਿੰਡ ਸ਼ੇਖੂਪੁਰ ਦੇ ਅਜਾਇਬ ਸਿੰਘ ਦਾ ਆਪਣੇ ਹੀ ਭਰਾ ਨੇ ਨਾਲ 2 ਕਨਾਲਾਂ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਵਿੱਚ ਪਹਿਲਾਂ ਵੀ ਅਜਾਇਬ ਸਿੰਘ 'ਤੇ ਹਮਲਾ ਹੋਣ ਦੇ ਕਾਰਨ ਇਸ ਦੇ ਭਰਾ ਅਤੇ ਕੁਝ ਹੋਰ ਲੋਕਾਂ 'ਤੇ ਮਾਮਲਾ ਦਰਜ ਸੀ। ਬੀਤੇ ਦਿਨ ਅਜਾਇਬ ਸਿੰਘ ਆਪਣੇ ਪਰਿਵਾਰ ਨਾਲ ਖੇਤਾਂ 'ਚੋਂ ਕੰਮ ਕਰ ਰਿਹਾ ਸੀ ਤਾਂ ਉਸ ਦੇ ਭਰਾ 'ਤੇ ਕੁਝ ਹੋਰ ਲੋਕਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਅਜਾਇਬ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਉਸਨੂੰ ਚੁੱਕ ਕੇ ਲੈ ਕੇ ਉਸਦੀ ਕੁੱਟਮਾਰ ਕਰਕੇ ਸੁੱਟ ਕੇ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬਠਿੰਡਾ ਤੋਂ ਖਬਰ ਆ, ਜਿੱਥੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਅਣਪਛਾਤੀ ਲਾਸ਼, ਪੁਲਿਸ ਜਾਂਚ ਦੇ ਵਿੱਚ ਜੁੱਟ ਚੁੱਕੀ ਹੈ। ED ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੀਤਾ ਗ੍ਰਿਫਤਾਰ। ਤੁਹਾਨੂੰ ਦੱਸ ਦਈਏ ਕਿ ਭਾਰਤ ਭੂਸ਼ਣ ਆਸ਼ੂ ਵੀਰਵਾਰ ਨੂੰ ਪਹਿਲਾਂ ਜਲੰਧਰ ਦਫ਼ਤਰ ਪੁੱਜੇ, ਜਿੱਥੇ ਉਹਨਾਂ ਤੋਂ ED ਟੀਮ ਨੇ ਪੁੱਛਗਿੱਛ ਕੀਤੀ। 2 ਦਿਨ ਪਹਿਲਾਂ ED ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਨੂੰ ਕਿਸੇ ਮਾਮਲੇ ਵਿੱਚ ਸੰਮਣ ਜਾਰੀ ਕੀਤੇ ਸਨ। ਵੀਰਵਾਰ ਨੂੰ ED ਦੇ ਸਾਹਮਣੇ ਪੇਸ਼ ਹੋਣ ਲਈ ਜਲੰਧਰ ਆਏ, ਹਾਲਾਂਕਿ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ। ਕੁਆਟਰ ਫਾਈਨਲ ਵਿੱਚ ਪਹੁੰਚਿਆ ਲਕਸ਼ ਸੇਨ, ਹਮੂਵੰਤ ਪ੍ਰਵਾਨ ਨੂੰ ਬੁਰੀ ਤਰ੍ਹਾਂ ਹਰਾਇਆ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ, ਪੰਜਾਬ 'ਚੋਂ ਬੀਬੀਆਂ ਨੇ ਸਰਕਾਰੀ ਬੱਸਾਂ 'ਚੋਂ ਲਏ ਕਰੋੜਾਂ ਰੁਪਏ ਦੇ ਝੂਠੇ, ਸਰਕਾਰ ਦੀ ਰਿਪੋਰਟ ਆਈ ਸਾਹਮਣੇ। ਹੁਣ ਤੱਕ 1548 ਕਰੋੜ ਰੁਪਏ ਤੋਂ ਵੱਧ ਬੱਸ ਦਾ ਸਫ਼ਰ ਮੁਫਤ ਕਰ ਲਿਆ ਹੈ। ਕੁੱਲੜ ਪੀਜ਼ਾ ਨੇ ਭਾਵਕ ਹੋ ਕੇ ਦੱਸਿਆ ਵੀਡੀਓ ਲੀਕ ਹੋਣ ਦਾ ਮਾਮਲਾ। ਸੋ ਉਹਨਾਂ ਨੇ ਕਿਹਾ ਉਹ ਕਈ ਮੁਸ਼ਕਲ ਦੌਰ ਤੋਂ ਗੁਜ਼ਰੇ ਨੇ, ਹਿੰਮਤ ਨਹੀਂ ਹਾਰੀ ਅਤੇ ਆਪਣਾ ਕੰਮ ਸੰਭਾਲਿਆ ਹੈ। ਉਹਨਾਂ ਦੀ ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਜ਼ਿੰਦਗੀ ਕਿਵੇਂ ਦੀ ਰਹੀ ਅਤੇ ਇਸ ਮੁਸ਼ਕਲ ਦੌਰ ਤੋਂ ਕਿਵੇਂ ਬਾਹਰ ਆਏ, ਇਸ ਬਾਰੇ ਕਪਲ ਨੇ ਖੁੱਲ੍ਹ ਕੇ ਦੱਸਿਆ ਹੈ।
ਬਠਿੰਡਾ ਦੇ ਵਿੱਚ ਭਾਰੀ ਮੀਂਹ ਕਾਰਨ ਡਿੱਗੀ ਮਕਾਨਾਂ ਦੀ ਛੱਤ, ਜਾਨੀ ਨੁਕਸਾਨ ਤੋਂ ਹੋਇਆ ਬਚਾ। ਮਿਡ ਡੇ ਮੀਲ ਦਾ ਫਿਰ ਮੀਨਿਊ ਬਦਲਿਆ, ਦਿਨ ਤਿਉਹਾਰ ਮਨਾਉਣ ਦੀਆਂ ਹਦਾਇਤਾਂ।